ਤਿਆਰ ਹੋ ਚੁੱਕਿਆ ਗਾ। ਹੌਲੀ ਹੌਲੀ ਇਹ ਚਿਹਰਾ ਤੁਹਾਨੂੰ ਆਪਣਾ ਵੀ ਲੱਗਣ ਲੱਗ ਜੂਗਾ ਇਹ ਨਵੇਂ ਸਾਲ ਦੀ ਖੁਸ਼ੀ ਵਿੱਚ ਤੇ ਉਮੀਦ ਕਰ ਆਪਾਂ ਟੇਸਟ ਕਰਦੇ ਵੀ ਕਿੱਦਾਂ ਬਣਿਆ ਇੱਥੇ ਬਣੀ ਜਾਵੇ। ਆਈ ਥਿੰਕ ਇਹ ਬਣਨਾ ਕਿਹਾ ਆਪ ਬਣ ਲੈਂਦੇ ਅੱਜ। ਓਕੇ ਦਿਸ ਓਕੇ ਅੱਛਾ ਪੱਗ ਬੰਨਾਂਗੇ ਪਾਉਂਦੇ ਹਾਂ ਮਿਲਦੇ ਪੱਗ ਬੰਨ ਕੇ ਠੀਕ ਆ। ਮੇਰੀ ਕੈਪ ਇਹ ਨਹੀਂ ਬੰਨਦੇ ਟਾਟਾ ਸੀ ਅਤੇ ਹੁਣ ਬੰਨਾਂਗੇ ਇਹ ਵਾਲੀ ਪੱਗ ਅੱਜ ਠੀਕ ਆ। ਮਿਲਦੇ ਪੱਗ ਬੰਨ ਓਕੇ ਆਈ ਐਮ ਰੈਡੀ ਮੈਂ ਤਿਆਰ ਹੋ ਚੁੱਕਿਆ ਗਾ ਅਤੇ ਫਿਲਹਾਲ ਮੈਂ ਪੱਗ ਬੰਨੀ ਆ। ਪੱਗ ਜਿਹੜਾ ਦੱਸਿਓ ਮੈਨੂੰ ਕਮੈਂਟ ਕਰਕੇ ਵੀ ਕਿੱਦਾਂ ਦੀ ਬੰਨੀ ਆ ਕਿੱਦਾਂ ਦੀ ਨਹੀਂ ਅਤੇ ਫਿਲਹਾਲ ਆਪਾਂ ਚੱਲਦੇ ਥੋੜ੍ਹਾ ਉੱਪਰ ਠੀਕ ਹੈ ਨਾ। ਗੁੱਡ ਮੋਰਨਿੰਗ ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਕੈਫੇ ਤੱਕ ਬਲੌਗ। ਇਹ ਮੇਰਾ ਪਹਿਲਾ ਬਲੌਗ ਆ। ਉਮੀਦ ਕਰਦਾ ਕਿ ਤੁਹਾਨੂੰ ਮੇਰਾ ਬਲੌਗ ਬਹੁਤ ਹੀ ਪਸੰਦ ਆਵੇਗਾ ਕਿਉਂਕਿ ਮੇਰਾ ਸ਼ੁਰੂਆਤ ਕੀਤੀ ਆ। ਹਰ ਚੀਜ਼ ਦੀ ਇੱਕ ਸ਼ੁਰੂਆਤ ਹੁੰਦੀ ਆ ਕਿ ਉਹ ਸੋਚਿਆ ਕਿ ਮੈਂ ਵੀ ਇੱਕ ਸ਼ੁਰੂਆਤ ਕਰਾਂ। ਹੋਪ ਕਰਦਾ ਕਿ ਸ਼ੁਰੂਆਤ ਮੇਰੀ ਅੱਛੀ ਹੋਵੇ। ਉਮੀਦ ਕਰਦਾ ਕਿ ਮੇਰੇ ਜਿਹੜੇ ਵੀਡੀਓਸ ਨੂੰ ਬਹੁਤ ਹੀ ਵਧੀਆ ਪਸੰਦ ਆਉਣ। ਲਾਈਕ ਕਰੋਗੇ ਸਬਸਕ੍ਰਾਈਬ ਕਰੋਗੇ ਅਤੇ ਸ਼ੇਅਰ ਵੀ ਕਰੋਗੇ ਕਿ ਅਤੇ ਫਿਲਹਾਲ ਇਹ ਮੇਰਾ ਫਸਟ ਬਲੌਗ ਆ। ਦੇਖੋ ਥੋੜ੍ਹਾ ਮੈਂ ਥੋੜ੍ਹਾ ਜਿਹਾ ਨਰਵਸ ਹਾਂ, ਬਾਲਾਂ ਨਹੀਂ ਥੋੜ੍ਹਾ ਜਿਹਾ ਨਰਵਸ ਹਾਂ, ਜ਼ਿਆਦਾ ਨਰਵਸ ਨਹੀਂ ਹੈਗਾ ਕਿਉਂਕਿ ਪਹਿਲਾਂ ਮੈਂ ਫੇਸ ਕਰ ਚੁੱਕਿਆ ਹਾਂ ਥੋੜ੍ਹਾ ਬਹੁਤ ਕੈਮਰੇ ਨੂੰ। ਅਤੇ ਉਮੀਦ ਕਰਦਾ ਕਿ ਮੇਰਾ ਬਲੌਗ ਤੁਹਾਨੂੰ ਬਹੁਤ ਅੱਛਾ ਲੱਗੇਗਾ ਅਤੇ ਮੇਰਾ ਇਹ ਬਲੌਗ ਤੁਹਾਨੂੰ 1 ਜਨਵਰੀ 2022 ਨੂੰ ਆ ਜੇ। ਮੈਂ ਉਮੀਦ ਕਰਦਾ ਗਾ ਕਿ ਤੁਹਾਡਾ ਨਵਾਂ ਸਾਲ ਬਹੁਤ ਹੀ ਖੁਸ਼ੀਆਂ ਭਰੇ ਲੈ ਕੇ ਆਵੇ, ਸਾਰਿਆਂ ਦੇ ਘਰ ਸੁੱਖ ਸ਼ਾਂਤੀ ਹੋਣ, ਸਭ ਨੂੰ ਅੱਛਾ ਲੱਗੇ, ਤਰੱਕੀਆਂ ਕਰੋ। ਮੇਰੇ ਵੱਲੋਂ ਸਭ ਤੋਂ ਪਹਿਲਾਂ ਸਭ ਨੂੰ ਹੈਪੀ ਨਿਊ ਈਅਰ। ਮੈਂ ਨਵੇਂ ਸਾਲ 'ਤੇ ਹੀ ਆਪਣਾ ਨਵਾਂ ਵੀਡੀਓ ਅਪਡੇਟ ਕਰੂੰਗਾ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਹੋਰ ਵੀ ਵਧੀਆ ਵਧੀਆ ਵੀਡੀਓ ਅਪਡੇਟ ਕਰਾਂਗਾ, ਅੱਛੇ ਅੱਛੇ ਬਲੌਗ ਬਣਾਵਾਂਗਾ ਅਤੇ ਸਾਰੇ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਅਤੇ ਹੋਪ ਕਿ ਉਮੀਦ ਕਰਦਾ ਕਿ ਤੁਹਾਨੂੰ ਮੇਰਾ ਬਲੌਗ ਵੀ ਅੱਛਾ ਲੱਗੂਗਾ ਕਿਉਂਕਿ 1 ਜਨਵਰੀ ਮੈਂ ਸੋਚ ਲਿਆ ਕਿ ਮੈਂ 1 ਜਨਵਰੀ ਵਾਲੇ ਦਿਨ ਨਵੇਂ ਸਾਲ ਆਪਣਾ ਬਲੌਗ ਪਾਉਣਾ ਹੀ ਪਾਉਣਾ ਗਾ ਕਿਉਂਕਿ ਮੈਂ ਇੱਕ ਇਸ ਵਕਤ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਬਲੌਗਿੰਗ ਕਰ ਰਹੇ ਨੇ। ਮੈਂ ਉਹਨਾਂ ਨੂੰ ਹਮੇਸ਼ਾ ਦੇਖਦਾ ਗਾ, ਅੱਛੇ ਵੀ ਲੱਗਦੇ ਨੇਗੇ ਅਤੇ ਉਮੀਦ ਕਰਦਾ ਕਿ ਕਿਸ ਟਾਈਮ ਉਹਨਾਂ ਨਾਲ ਜ਼ਰੂਰ ਮਿਲਾਂਗਾ ਅਤੇ ਕੋਈ ਗੱਲ ਨਹੀਂ ਮਿਲਾਂਗੇ ਜਿਨ੍ਹਾਂ ਨੂੰ ਮੈਂ ਬਿਲਕੁਲ ਜਾਣਦਾ ਨਹੀਂ। ਫਿਲਹਾਲ ਮੈਂ ਉਹਨਾਂ ਨੂੰ ਅਤੇ ਉਹਨਾਂ ਬਲੌਗਿੰਗ ਜ਼ਰੂਰ ਦੇਖਦਾ, ਉਹਨਾਂ ਨੇ ਵੀਡੀਓ ਦੇਖਦਾ, ਮੈਨੂੰ ਬਹੁਤ ਅੱਛੇ ਲੱਗਦੀਆਂ ਨੇਗੀਆਂ ਅਤੇ ਉਮੀਦ ਕਰਦਾ ਵੀ ਤੁਸੀਂ ਵੀ ਮੈਨੂੰ ਇਹ ਵਾਲਾ ਚਿਹਰਾ ਹੌਲੀ ਹੌਲੀ ਪਸੰਦ ਕਰਨ ਲੱਗ ਜਾਓਗੇ ਅਤੇ ਮੈਂ ਹੋ ਸਕਦਾ ਇਸ ਤੋਂ ਅੱਛੀ ਵੀਡੀਓ ਬਣਾਵਾਂ, ਬਲੌਗਿੰਗ ਹੋ ਸਕਦਾ ਮੈਂ ਡੇਲੀ ਬਲੌਗਿੰਗ ਕਰਾਂ, ਮੈਂ ਡੇਲੀ ਵੀਡੀਓ ਅਪਡੇਟ ਕਰਾਂ ਹੀ ਕਰਾਂਗਾ, ਕੋਸ਼ਿਸ਼ ਜ਼ਰੂਰ ਕਰਾਂਗਾ ਜਿੰਨਾ ਵੀ ਹੋ ਸਕੇ। ਅਤੇ ਉਮੀਦ ਕਰਦਾ ਕਿ ਮੇਰੀ ਸਟਾਰਟਅਪ ਜੋ ਕਿ ਮੈਂ ਕਰ ਰਿਹਾ ਹੈਗਾ ਬਲੌਗਿੰਗ ਦੇ ਵਿੱਚ ਜਾਂ ਆਪਣਾ ਵੀਡੀਓ ਬਣਾਉਣ ਦੇ ਵਿੱਚ ਹੁਣ ਬਹੁਤ ਜਲਦੀ ਸਵੇਰੇ ਚਿਹਰਾ ਵੀ ਅੱਛਾ ਲੱਗਣਾ ਸ਼ੁਰੂ ਹੋ ਜੂਗਾ, ਜਿਵੇਂ ਕਿ ਤੁਸੀਂ ਹੋਰ ਲੋਕਾਂ ਨੂੰ ਵੀ ਇੰਨਾ ਸਾਰਾ ਪਿਆਰ ਦਿੰਦੇ ਹੋ, ਤੁਸੀਂ ਮੈਨੂੰ ਵੀ ਇੰਨਾ ਸਾਰਾ ਹੀ ਪਿਆਰ ਦੇਵੋਗੇ, ਲਾਈਕ ਕਰੋਗੇ ਸਬਸਕ੍ਰਾਈਬ ਕਰੋਗੇ ਅੱਛੇ ਸੇ ਕਮੈਂਟ ਕਰੋਗੇ, ਆਪਣੇ ਬਾਈ ਨੂੰ ਥੋੜ੍ਹਾ ਜਿਹਾ ਨਾ ਐਪਰੀਸ਼ੀਏਟ ਜ਼ਰੂਰ ਕਰਦੇ ਹੋ ਵੀ ਹਾਂ ਯਾਰ ਤੂੰ ਅੱਛਾ ਕੰਮ ਕਰ ਰਿਹਾ ਹੈਗਾ, ਅੱਛਾ ਸਟਾਰਟਅਪ ਤੇਰਾ ਅੱਛਾ ਹੋਇਆਗਾ। ਅਤੇ ਕਿਉਂਕਿ ਮੈਂ ਇਸ ਤੋਂ ਵੀ ਅੱਛੀ ਜਿਹੀ ਵੀਡੀਓ ਬਣਾ ਕੇ ਲੈ ਕੇ ਆਵਾਂਗਾ ਜਿੰਨਾ ਤੁਸੀਂ ਮੈਨੂੰ ਪਿਆਰ ਕਰੋ, ਮੈਨੂੰ ਉਨੀ ਮੇਰੀ ਵਿੱਚ ਹਿੰਮਤ ਜ਼ਿਆਦਾ ਵਧੇਗੀ ਯਾਰ, ਹਾਂ ਯਾਰ ਮੈਨੂੰ ਲੋਕ ਬਹੁਤ ਅੱਛਾ ਪਿਆਰ ਕਰ ਰਹੇ ਨੇਗੇ ਕਿਉਂਕਿ ਸ਼ੁਰੂਆਤ ਕਰ ਰਿਹਾ ਹੈਗਾ, ਸ਼ੁਰੂਆਤ ਤੁਸੀਂ ਕਿਤੋਂ ਕਰਨੀ ਸੀਗੀ ਅਤੇ ਅੱਜ ਉਹ ਮੈਂ ਸ਼ੁਰੂਆਤ ਕਰਨ ਜਾ ਰਿਹਾ ਹੈਗਾ। ਮੈਨੂੰ ਉਮੀਦ ਆ ਕਿ ਤੁਸੀਂ ਮੇਰੇ ਇਸ ਚਿਹਰੇ ਨੂੰ ਮੈਨੂੰ ਬਿਲਕੁਲ ਪਸੰਦ ਕਰੋਗੇ ਅਤੇ ਐਪਰੀਸ਼ੀਏਟ ਕਰੋਗੇ ਅਤੇ ਅੱਛਾ ਕਮੈਂਟ ਕਰੋਗੇ ਵੀ ਹਾਂ ਯਾਰ ਬਹੁਤ ਅੱਛਾ ਕੰਮ ਕੀਤਾ ਗਾ ਫਸਟ ਵੀਡੀਓ ਹੋਣ ਦੇ ਕਾਰਨ। ਅਤੇ ਦੇਖੋ ਹਰ ਚੀਜ਼ ਦੀ ਇੱਕ ਸ਼ੁਰੂਆਤ ਮੈਂ ਕੀਤੀ ਹੈਗੀ, ਹਰ ਕੋਈ ਬੰਦਾ ਇੱਕ ਸ਼ੁਰੂਆਤ ਕਰਦਾ, ਮੈਂ ਵੀ ਸ਼ੁਰੂਆਤ ਕਰਨ ਜਾ ਰਿਹਾ ਅੱਜ। ਅਤੇ ਉਮੀਦ ਕਰਦਾ ਕਿ ਤੁਹਾਨੂੰ ਇਹ ਮੇਰਾ ਬਲੌਗ ਬਹੁਤ ਹੀ ਅੱਛਾ ਲੱਗੂਗਾ, ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਜੇ ਤੁਸੀਂ ਮੈਨੂੰ ਅੱਛੇ ਕਮੈਂਟ ਕਰੋਗੇ ਅਤੇ ਮੇਰੇ ਵੀਡੀਓ ਨੂੰ ਲਾਈਕ ਕਰੋਗੇ ਸਬਸਕ੍ਰਾਈਬ ਕਰੋਗੇ ਅਤੇ ਹੋਰ ਲੋਕਾਂ ਨੂੰ ਸ਼ੇਅਰ ਵੀ ਕਰੋਗੇ ਅਤੇ ਬਹੁਤ ਅੱਛਾ ਲੱਗੇਗਾ ਮੈਨੂੰ ਵੀ। ਅਤੇ ਫਿਲਹਾਲ ਮੇਰਾ ਫਸਟ ਦੇਖਣਾ ਤੁਸੀਂ ਕਿੱਦਾਂ ਲੱਗਿਆਗਾ, ਦੱਸਾਂ ਵੀ ਕੀ ਕਮੀਆਂ ਪੇਸ਼ੀਆਂ ਨੇ, ਮੈਂ ਕਿੱਦਾਂ ਕੰਮ ਕਰਨਾ ਚਾਹੀਦਾ ਮੈਨੂੰ ਜ਼ਰੂਰ ਦੱਸੋ ਤੁਸੀਂ ਅਤੇ ਤਾਂ ਜੋ ਮੈਂ ਹੋਰ ਅੱਛਾ ਆਪਣਾ ਇੰਪਰੂਵ ਕਰ ਸਕਾਂ। ਚਲੋ ਕੋਈ ਗੱਲ ਨਹੀਂ, ਫਿਲਹਾਲ ਤਾਂ ਇੰਨਾ ਕੀ ਅਤੇ ਆਪਾਂ ਜੋ ਵੀ ਮੇਰੀ ਰੂਟੀਨ 'ਚ ਜੋ ਵੀ ਹੁੰਦਾ ਆਪਾਂ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ। ਉਮੀਦ ਕਰਕੇ ਤੁਹਾਨੂੰ ਸਾਰਿਆਂ ਨੂੰ ਚੰਗਾ ਕੀ ਸੀ ਨਾ, ਚਾਹ ਥੋੜ੍ਹੀ ਗਰਮ ਕਰਨ ਵਾਲੀ ਸੀ, ਫਿਲਹਾਲ ਮੈਂ ਕਰ ਰਿਹਾ ਚਾਹ ਨੂੰ ਗਰਮ, ਥੋੜ੍ਹਾ ਮੈਂ ਦੁੱਧ ਪਾ ਲਿਆ ਸੀ ਇਹਦੇ ਵਿੱਚ ਅਤੇ ਫਿਲਹਾਲ ਹੋ ਰਹੀ ਹੈ ਗਰਮ ਅਤੇ ਫਿਰ ਆਪਾਂ ਦੇਖਦੇ ਹਾਂ ਯਾਰ, ਕਿਉਂਕਿ ਥੋੜ੍ਹੀ ਮੈਨੂੰ ਭੁੱਖ ਵੀ ਲੱਗੀ ਸੀਗੀ ਅਤੇ ਕਿਉਂਕਿ ਬ੍ਰੇਕਫਾਸਟ ਮੈਂ 10 ਕੇ ਕਰ ਲਿਆ ਸੀਗਾ, ਥੋੜ੍ਹਾ ਮੈਂ ਜਲਦੀ ਕਰ ਲੈਂਦਾ ਹੁੰਦਾ ਗਾ ਅਤੇ ਫਿਲਹਾਲ ਹੁਣ ਮੈਂ ਚਾਹ ਗਰਮ ਕਰ ਰਿਹਾ ਗਾ ਅਤੇ ਫਿਰ ਆਪਾਂ ਦੇਖਦੇ ਹਾਂਗੇ ਹੈ ਕਿ ਨਹੀਂ ਚਾਹ ਗਰਮ, ਥੋੜ੍ਹੀ ਗਰਮ ਹੋਰ ਕਰ ਲੈਂਦਾ ਗਾ।
ਫਿਰ ਆਪਾਂ ਦੇਖਦੇ ਹਾਂ, ਦੁੱਧ ਹੀ ਹੈ ਜ਼ਿਆਦਾ, ਉਹ ਨਹੀਂ ਹੈਗਾ ਯਾਰ ਕੀ ਕਹਿੰਦੇ ਆਪਾਂ ਚਾਹ ਚੂਹ ਨਹੀਂ ਹੈਗੀ ਕਿ ਵਿੱਚ ਆਪਾਂ ਦੁੱਧ ਪਾ ਲੈਂਦੇ ਹੁੰਦੇ ਹੈਗੇ, ਅਤੇ ਦੇਖਦੇ ਹਾਂਗੇ ਕਿ ਮੰਨ ਲਾਈਟ ਬੰਦ ਕਰਤੀ ਅਤੇ ਫਿਲਹਾਲ ਹੁਣ ਮੈਂ ਜਾ ਰਿਹਾ ਆਪਣੇ ਰੂਮ 'ਚ। ਮੇਰੇ ਲੈਪਟੋਪ ਮੇਰੇ ਲਈ ਦੋ ਨੇ ਇਸ ਵਕਤ ਯਾਰ, ਅਤੇ ਲੈਪਟੋਪ ਮੇਰੇ ਲਈ ਦੋ ਨੇ, ਇੱਕ ਮੇਰਾ ਲੈਪਟੋਪ ਇਹ ਪਿਆ ਹੈਗਾ ਅਤੇ ਇਹ ਚੱਕਾਂਗਾ ਦਿਸ ਲੈਪਟੋਪ, ਅਤੇ ਇੱਕ ਮੇਰਾ ਲੈਪਟੋਪ ਉਹ ਅੱਜ ਥੋੜ੍ਹਾ ਜਿਹਾ ਮੈਂ ਥੋੜ੍ਹਾ ਕੰਮ ਕਰਨਾ ਸੀਗਾ ਯਾਰ, ਉਹ ਲੈਪਟੋਪ 'ਚ ਮੈਨੂੰ ਥੋੜ੍ਹਾ ਡੱਟ ਘੱਟ ਪਿਆ ਕਿਉਂਕਿ ਮੈਂ ਨਵਾਂ ਪਰਚੇਸ ਕੀਤਾ ਸੀਗਾ, ਅਤੇ ਫਿਲਹਾਲ ਮੈਂ ਇਹਨੂੰ ਉਰੇ ਰੱਖਾਂਗਾ। ਅਤੇ ਇੱਕ ਲੈਪਟੋਪ ਉਹ ਪਿਆ ਪੀ ਸੀ, ਕੇ ਪਿਆ ਪੀ ਸੀ, ਅਤੇ ਦਿਸ ਵਨ ਇੱਕ ਮੇਰਾ ਪੀ ਸੀ, ਏ ਸੀ ਲੈਪਟੋਪ, ਚਾਰਜਰ ਰੀਚਾਰਜਰ ਅਤੇ ਕੁਛ ਨਾ ਕੁਛ ਹੋਇਆ ਪਿਆ। ਦੇਖੋ ਫਿਲਹਾਲ ਲਾਈਟ ਲਗਾਵਾਂ, ਅਤੇ ਲਾਈਟ ਲਗਾ ਲਈ, ਚਾਹ ਮੇਰੀ ਉਹ ਪਈ ਆ, ਅਤੇ ਕਰਾਂਗਾ ਮੈਂ ਆਫਿਸ ਦਾ ਕੰਮ। ਆਫਿਸ ਦਾ ਕੰਮ ਕਰਨ ਤੋਂ ਬਾਅਦ ਅੱਜ ਕੁਛ ਘਰ ਕੁਛ ਬਣ ਰਿਹਾ, ਮੈਂ ਤੁਹਾਨੂੰ ਉਹ ਵੀ ਦਿਖਾਵਾਂਗਾ, ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਦਿਖਾਵਾਂ। ਵਟ ਐਵਰ ਕੀ ਹੈ, ਫਿਲਹਾਲ ਮੈਂ ਆਪਣਾ ਕੰਮ ਕਰਨਾ, ਕੰਮ ਕਰਨ ਤੋਂ ਬਾਅਦ ਹੀ ਆਪਾਂ ਤੁਹਾਨੂੰ ਮਿਲਦੇ ਹਾਂਗੇ, ਕਿਉਂਕਿ ਆਫਿਸ ਦਾ ਕੰਮ, ਆਫਿਸ ਦਾ ਕੰਮ ਕਰਨ ਤੋਂ ਬਾਅਦ ਹੀ ਆਪਾਂ ਕਰਾਂਗੇ ਕੁਛ ਨਾ ਕੁਛ ਹੋਰ। ਫਿਲਹਾਲ ਮੇਰਾ ਆਫਿਸ ਦਾ ਥੋੜ੍ਹਾ ਕੰਮ ਹੋ ਚੁੱਕਿਆ ਹੈਗਾ, ਦੇਖੋ ਮੇਰਾ ਜਿਹੜਾ ਆਫਿਸ ਦਾ ਕੰਮ ਆ ਪ੍ਰੋਪਰਲੀ ਇਹ ਤਰੀਕੇ ਨਾਲ ਚੱਲਦਾ ਰਹਿੰਦਾ ਗਾ ਵੀ ਕਿੱਦਾਂ ਕੀ ਹੁੰਦਾ ਹੈ ਨਾ। ਅਤੇ ਫਿਲਹਾਲ ਮੈਂ ਆਪਣਾ ਲੈਪਟੋਪ ਮੇਰਾ ਔਨ ਨੇ, ਅਤੇ ਕਿਉਂਕਿ ਜੋ ਵੀ ਕੰਮ ਹੁੰਦਾ ਦੇਖੋ ਇਹ ਤਾਂ ਮੈਂ ਰੂਟੀਨ ਦੇ ਵਿੱਚ ਕੰਮ ਚੱਲਦੇ ਰਹਿਣਾ ਆਪਣਾ ਹੈ ਨਾ, ਅਤੇ ਜੋ ਵੀ ਹੁੰਦਾ ਗਾ ਆਪਾਂ ਤੁਹਾਨੂੰ ਦਿਖਾਉਂਦੇ ਰਿਹਾ ਕਰਾਂਗੇ, ਜੋ ਕੀ ਕੰਮ ਕਰਦਾ ਉਹ ਤੁਹਾਨੂੰ ਨੈਕਸਟ ਵੀਡੀਓ 'ਚ ਮੇਰੇ ਪਤਾ ਚੱਲ ਜੂਗਾ। ਦੇਖੋ ਕੱਲ੍ਹ ਨੂੰ ਹੈਗਾ ਨਵਾਂ ਸਾਲ, ਨਵੇਂ ਸਾਲ ਦੇ ਉੱਪਰ ਹਰ ਕਿਸੇ ਦੇ ਘਰ ਕੁਛ ਨਾ ਕੁਛ ਨਵਾਂ ਬਣਦੇ ਹੁੰਦਾ ਗਾ, ਅਤੇ ਆਪਣੇ ਘਰ ਵਿੱਚ ਵੀ ਕੁਛ ਨਾ ਕੁਛ ਨਵਾਂ ਬਣ ਰਿਹਾ ਹੈਗਾ। ਅਤੇ ਉਮੀਦ ਕਰਦਾ ਕਿ ਤੁਹਾਡਾ ਸਾਰਿਆਂ ਦਾ ਨਵਾਂ ਸਾਲ ਬਹੁਤ ਹੀ ਵਧੀਆ ਹੋਵੇ, ਮੈਂ ਉਮੀਦ ਕਰਦਾ ਕਿ ਕੁਛ ਨਾ ਕੁਛ ਨਵਾਂ ਬਣੇ, ਨਵੀਂ ਉਮੀਦਾਂ ਲੈ ਕੇ ਆਵੇ, ਅਤੇ ਤਰੱਕੀਆਂ ਜ਼ਰੂਰ ਕਰੋ। ਦੇਖੋ ਮੇਰਾ ਵੀ ਫਸਟ ਵੀਡੀਓ ਹੈਗਾ, ਅਤੇ ਮੈਂ ਵੀ ਚਾਹੁੰਦਾ ਗਾ ਵੀ ਮੈਂ ਵੀ ਫਸਟ ਜਨਵਰੀ ਨੂੰ ਆਪਣਾ ਅਪਡੇਟ, ਓਬਵੀਅਸਲੀ ਮੈਂ ਫਸਟ ਜਨਵਰੀ ਨੂੰ ਅਪਡੇਟ ਕਰਨਾ ਸੀਗਾ, ਅਤੇ ਨਵੀਂ ਸ਼ੁਰੂਆਤ ਨਵੀਂ ਚੀਜ਼ ਦੇ ਨਾਲ ਹੋਣੀ ਚਾਹੀਦੀ ਹੈਗੀ। ਅਤੇ ਉਮੀਦ ਕਰਦਾ ਕਿ ਇਹ ਮੇਰੀ ਵੀਡੀਓ ਤੁਹਾਨੂੰ ਬਹੁਤ ਪਸੰਦ ਆ ਰਹੀ ਹੋਵੇਗੀ, ਅਤੇ ਲਾਈਕ ਜ਼ਰੂਰ ਕਰ ਦੇਣਾ, ਸਬਸਕ੍ਰਾਈਬ ਵੀ ਕਰਨਾ, ਤਾਂ ਜੋ ਆਪਾਂ ਇੱਦਾਂ ਦੀ ਹੋਰ ਵੀਡੀਓ, ਮੈਂ ਸੋਚ ਰਿਹਾ ਕਿ ਮੈਂ ਡੇਲੀ ਵਲੌਗ ਲੈ ਕੇ ਆਵਾਂ, ਅਤੇ ਡੇਲੀ ਹੀ ਵੀਡੀਓ ਅਪਡੇਟ ਕਰੀ ਜਾਵੇ, ਅਤੇ ਬਹੁਤ ਜ਼ਿਆਦਾ ਕੋਸ਼ਿਸ਼ ਰਹੇਗੀ ਵੀ ਹਰ ਰੋਜ਼ ਇੱਕ ਵੀਡੀਓ ਮੈਂ ਅਪਡੇਟ ਜ਼ਰੂਰ ਕਰਾਂ, ਤੁਹਾਡੇ ਤੱਕ ਪਹੁੰਚੇ ਅਤੇ ਤੁਹਾਨੂੰ ਵੀ ਅੱਛਾ ਲੱਗੇ, ਅਤੇ ਜੋ ਵੀ ਆਪਣਾ ਹੁੰਦਾ ਰਹੇਗਾ ਨਵਾਂ ਬਣ ਰਿਹਾ ਹੈਗਾ, ਕਿਉਂਕਿ ਨਵੇਂ ਸਾਲ ਦੇ ਵਿੱਚ ਮੋਸਟਲੀ ਹਰ ਘਰ ਦੇ ਵਿੱਚ ਕੁਛ ਨਾ ਕੁਛ ਬਣਦਾ ਗਾ, ਅਤੇ ਅੱਜ ਆਪਣੇ ਘਰ ਵੀ ਕੁਛ ਨਾ ਕੁਛ ਬਣਿਆ ਗਾ, ਨਵਾਂ ਸਾਲ ਆ ਇਸ ਕਰਕੇ ਕੁਛ ਅਮੇਜ਼ਿੰਗ ਬਣਿਆ, ਮਿੱਠਾ ਬਣਿਆ ਯਾਰ ਕੁਛ। ਅਤੇ ਮੈਂ ਕਹਿੰਦਾ ਵੀ ਤੁਹਾਡਾ ਸਾਲ ਵੀ ਬਹੁਤ ਵਧੀਆ ਹੋਵੇ, ਕਿਉਂਕਿ ਮੇਰੀ ਫਸਟ ਵੀਡੀਓ ਹੈਗੀ, ਫਸਟ ਨਵੀਂ ਚੀਜ਼ ਮਿਠਾਈ ਦੀ ਚੀਜ਼ ਨਾਲ, ਇੱਕ ਮੈਂ ਤੁਹਾਨੂੰ ਦੱਸ ਦਿੰਦਾ ਕੀ ਬਣਾਇਆ ਅੱਜ, ਬਣਾਇਆ ਘਰ ਦੇ ਵਿੱਚ ਗਜ਼ਰੇਲਾ, ਆਈ ਥਿੰਕ ਜਿਹਨੂੰ ਕੀ ਕਹਿੰਦੇ ਮੰਮੀ, ਕੀ ਕਹਿੰਦੇ ਹੋਰ ਉਹਨੂੰ, ਗਜ਼ਰੇਲਾ, ਠੀਕ ਹੈ, ਇਹ ਬਣਾਇਆ ਹੈਗਾ। ਹੋਪ ਕਰਦਾ ਕਿ ਤੁਹਾਡੇ ਘਰ ਵੀ ਕੁਛ ਨਾ ਕੁਛ ਅੱਜ ਬਣਿਆ ਹੋਊਗਾ, ਜਿਵੇਂ ਕਿ ਆਪਣੇ ਘਰ ਕੁਛ ਨਾ ਕੁਛ ਬਣਿਆ ਹੈਗਾ। ਹੋਪ ਕਰ ਇਹ ਤੁਸੀਂ ਦੇਖ ਸਕਦੇ ਹੋ, ਇੱਕ ਹੈਗਾ ਖੋਆ, ਇਹ ਦੇਸੀ ਘਿਓ, ਆਈ ਥਿੰਕ ਇਹ ਪੰਜੀਰ ਹੀ ਕੁਛ ਬਣਿਆ, ਵਟ ਐਵਰ। ਅਤੇ ਇਹ ਹੈਗੀ ਆ ਚੀਨੀ, ਅਤੇ ਕਾਜੂ ਬਦਾਮ ਚੀਨੀ, ਅਤੇ ਖੋਆ, ਆਈ ਥਿੰਕ ਮੈਂ ਤੁਹਾਨੂੰ ਖੋਆ ਵੀ ਦਿਖਾ ਦਿੰਦਾ ਗਾ, ਅਤੇ ਇਹ ਖੋਆ ਵਾ, ਅਤੇ ਤੁਸੀਂ ਦੇਖ ਸਕਦੇ ਹੋਗੇ, ਅਤੇ ਉਹ ਸਾਰਾ ਕੁਛ ਇਹਦੇ ਵਿੱਚ ਪਊਗਾ, ਅਤੇ ਬੜਾ ਅੱਛਾ ਬਣਦਾ ਹੁੰਦਾ ਗਾ, ਅਤੇ ਆਈ ਥਿੰਕ ਤੁਹਾਡੇ ਘਰਾਂ 'ਚ ਬਣ, ਮੇਰੇ ਵਿੱਚ ਘਰ 'ਚ ਬਣ ਰਿਹਾ ਹੈਗਾ, ਅਤੇ ਆਪਾਂ ਦੇਖਾਂਗੇ, ਖਾਵਾਂਗੇ, ਤੁਹਾਨੂੰ ਵੀ ਖਵਾਵਾਂਗੇ, ਅਤੇ ਮੈਂ ਤਾਂ ਖਾਊਂਗੀ ਖਾਊਂਗਾ, ਅਤੇ ਤੁਹਾਨੂੰ ਵੀ ਖਵਾਊਂਗਾ ਇਸ ਵਾਰ, ਅਤੇ ਆਪਾਂ ਨਵਾਂ ਸਾਲ ਇਕੱਠੇ ਮਨਾਵਾਂਗੇ, ਕਿਉਂਕਿ ਮੇਰੀ ਫਸਟ ਵੀਡੀਓ, ਸਭ ਤੋਂ ਬੜੀ ਐਕਸਾਈਟਿੰਗ ਇਹ ਗੱਲ ਆ ਗਈ ਕਿਉਂਕਿ ਇਹ ਮੇਰੀ ਫਸਟ ਵੀਡੀਓ, ਫਸਟ ਜਨਮ ਦੀ 2022 ਦੀ, ਅਤੇ ਹੋਪ ਕਰਨਾ ਤੁਹਾਨੂੰ ਮੇਰੀ ਵੀਡੀਓ ਬਹੁਤ ਹੀ ਪਸੰਦ ਆਵੇਗੀ। ਅਤੇ ਇਸ ਤੋਂ ਅੱਛੀ ਕੀ ਗੱਲ ਹੋ, ਖੁਸ਼ੀ ਹੋ ਸਕਦੀ ਹੈ ਕਿ ਫਸਟ ਡੇ ਉਹ ਵੀ 2022 ਦਾ, ਉਹ ਵੀ ਪਹਿਲੀ ਜਨਵਰੀ ਦੇ ਵਿੱਚ, ਇਹ ਤੋਂ ਬਾਅਦ ਕੀ ਖੁਸ਼ੀ ਹੋ ਦੇਖ ਸਕਦੀ ਹੈਗੀ। ਅਤੇ ਆਪਾਂ ਇੱਦਾਂ ਹੀ ਤੁਹਾਨੂੰ ਵੀਡੀਓ ਦਿਖਾਉਂਦੇ ਰਹਾਂਗੇ, ਫਿਲਹਾਲ ਆਪਾਂ ਥੋੜ੍ਹਾ ਜਿਹਾ ਉਹਨੂੰ ਕਰਦੇ ਹਾਂ, ਆਪਾਂ ਵੀ ਥੋੜ੍ਹੀ ਹੱਥ ਵਟਾ ਦਈਏ ਵੀ ਕੀ ਬਣਦਾ ਗਾ, ਅਤੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ, ਹੈ ਨਾ, ਮਿਲਦੇ ਆਪਾਂ। ਫਾਈਨਲੀ ਆਪਾਂ ਟੇਸਟ ਕਰਦੇ ਵੀ ਕਿੱਦਾਂ ਬਣਿਆ, ਆਈ ਥਿੰਕ ਮੇਰੇ ਲੱਗਦਾ ਬਹੁਤ ਵਧੀਆ ਬਣਿਆ ਹੋਊਗਾ, ਅਤੇ ਦੇਖਦਾ ਮੈਂ ਤੁਹਾਨੂੰ ਦੱਸਦਾ ਮੈਂ ਹੁਣ ਖਾ ਕੇ। ਬੈਸਟ, ਬਹੁਤ ਹੀ ਵਧੀਆ ਬਣਿਆ, ਅਮੇਜ਼ਿੰਗ ਬਣੇਗਾ, ਅਤੇ ਮੈਨੂੰ ਉਮੀਦ ਸੀ ਕਿ ਇੱਦਾਂ ਹੀ ਬਣੋ, ਕਿਉਂਕਿ ਹਰ ਸਾਲ ਇੱਦਾਂ ਹੀ ਅੱਛਾ ਬਣਦਾ ਮੇਰਾ ਨਵੇਂ ਸਾਲ ਪ੍ਰੋਪਰਲੀ, ਅਤੇ ਫਿਲਹਾਲ ਮੈਂ ਦੁੱਧ ਪੀਂਦਾ ਗਾ।
ਤੁਸੀਂ ਮੈਨੂੰ ਮੈਂ ਬਾਰ ਬਾਰ ਤਾਂ ਹੀ ਕਹਿ ਰਿਹਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਤੁਹਾਡੇ ਘਰ 'ਚ ਨਵੇਂ ਸਾਲ 'ਚ ਕੀ ਬਣਿਆ ਅਤੇ ਕੀ ਨਹੀਂ ਅਤੇ ਫਿਰ ਮੈਨੂੰ ਵੀ ਤੁਸੀਂ ਜ਼ਰੂਰ ਭੇਜ ਦਿਓ ਮੈਂ ਤੁਹਾਨੂੰ ਆਪਣਾ ਨੰਬਰ ਵੀ ਦੇ ਦਾਂਗਾ ਫਾਈਨਲੀ ਕਦੇ ਅਤੇ ਮਿਲਾਂਗੇ ਜ਼ਰੂਰ ਆਪਾਂ ਇੱਕ ਦਿਨ ਅਤੇ ਮੇਰਾ ਫਸਟ ਵਲੌਗ ਹੈਗਾ ਅਤੇ ਆਪਣਾ ਜੋ ਅੱਜ ਬਣਾਇਆ ਹੈਗਾ ਤੁਹਾਨੂੰ ਪਤਾ ਕੀ ਬਣਾਇਆ ਹੈ ਨਾ ਬਾਰ ਬਾਰ ਕੀ ਉਮੀਦ ਕਰਦਾ ਕਿ ਅੱਜ ਦਾ ਵਲੌਗ ਸਾਨੂੰ ਬਹੁਤ ਹੀ ਵਧੀਆ ਲੱਗਿਆ ਹੋਊਗਾ ਕੀ ਵਧੀਆ ਲੱਗਿਆ ਅਤੇ ਕੀ ਬੁਰਾ ਲੱਗਿਆ ਮੈਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਅਤੇ ਇੱਥੇ ਆਪਣੀ ਕਮੀ ਸੀ ਕੁਛ ਵੀ ਸੀਗਾ ਜੋ ਸੋ ਦਿਲ ਦੇ ਵਿੱਚ ਮੇਰੇ ਪ੍ਰਤੀ ਹੋਵੇ ਜ਼ਰੂਰ ਦੱਸਿਓ ਤਾਂ ਜੋ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਬਹੁਤ ਹੀ ਜ਼ਿਆਦਾ ਵੀਡੀਓ ਬਣਾਈਏ ਕਿਉਂਕਿ ਮੈਨੂੰ ਤਦ ਹੀ ਪਤਾ ਲੱਗੂਗਾ ਜੇ ਤੁਸੀਂ ਮੈਨੂੰ ਕੁਛ ਕਹੋ ਵੀ ਹਾਂ ਇੱਥੇ ਚੀਜ਼ ਸਹੀ ਸੀ ਇੱਥੇ ਗਲਤ ਸੀ ਕਿਉਂਕਿ ਫਸਟ ਵੀਡੀਓ ਸੀ ਚਲੋ ਕੋਈ ਗੱਲ ਨਹੀਂ ਅਦਰਵਾਈਜ਼ ਆਪਾਂ ਹੋਰ ਅੱਛੀ ਵੀਡੀਓ ਬਣਾਵਾਂਗੇ ਤਾਂ ਜੋ ਤੁਹਾਨੂੰ ਅੱਛੀ ਵੀਡੀਓ ਇਸ ਤਰੀਕੇ ਆਉਂਦੇ ਰਹਿਣ ਅਤੇ ਜ਼ਰੂਰ ਸ਼ੇਅਰ ਕਰਨਾ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਲਾਈਕ ਵੀ ਕਰਨਾ ਅਤੇ ਦੱਸਣਾ ਵੀ ਕੀ ਕੁਛ ਚੰਗਾ ਲੱਗਿਆ ਕੀ ਬੁਰਾ ਲੱਗਿਆ ਮਿਲਦੇ ਆਪਾਂ ਇੱਕ ਨਵੀਂ ਜਿਹੀ ਹੋਰ ਵੀਡੀਓ ਦੇ ਵਿੱਚ ਅਤੇ ਲਾਸਟ ਟਾਈਮ ਤੁਹਾਨੂੰ ਕਹਿਣਾ ਸੀਗਾ ਹੈਪੀ ਨਿਊ ਈਅਰ ਹਮੇਸ਼ਾ ਖੁਸ਼ ਰਹੋ ਆਬਾਦ ਰਹੋ ਰਾਜੀ ਖੁਸ਼ੀ ਰਹੋ ਅਤੇ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਸਤਿ ਸ਼੍ਰੀ ਅਕਾਲ ਸ਼ਬਾਗਰ ਬਾਏ ਬਾਏ। Thank you.